ਇੱਕ ਤੋਂ ਬਾਅਦ 1 ਲੀਟਰ ਜਾਂਦੇ ਹੋਏ ਨਜ਼ਰ ਆ ਰਹੇ ਸਰਚ ਨਰਿੰਦਰ ਮੋਦੀ ਜੀ ਔਰ ਅਮਿਤ ਸ਼ਾਹ ਜੀ ਦਾ ਜਿਹੜਾ ਸਿਆਸਤ ਕਰਨ ਦਾ ਜਿਹੜਾ ਇੱਕ ਤਰੀਕਾ ਹੈ ਉਹਨੇ ਪੂਰੇ ਹਿੰਦੁਸਤਾਨ ਦੀ ਸਿਆਸਤ ਦਾ ਮਿਆਰ ਇੰਨਾ ਘਾਹ ਦਿੱਤਾ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਸੱਤਾ ਹਾਸਲ ਕਰਨੀ ਔਰ ਦੂਸਰੇ ਆਪਣੇ ਵਿਰੋਧੀਆਂ ਨੂੰ ਨੀਵਾ ਦਿਖਾਉਣਾ ਉਹਦੇ ਵਾਸਤੇ ਜਿਹੜੇ ਵੀ ਤਰੀਕੇ ਅਪਣਾਏ ਜਾ ਸਕਦੇ ਆ ਕਿਸੇ ਨੂੰ ਡਰਾਇਆ ਜਾ ਸਕਦਾ ਧਮਕਾਇਆ ਜਾ ਸਕਦਾ ਲਾਲਚ ਦਿੱਤਾ ਜਾ ਸਕਦਾ ਕਿਸੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਹੁਦਿਆਂ ਦੀ ਆਫਰ ਕੀਤੀ ਜਾ ਸਕਦੀ ਜਿਸ ਵੀ ਤਰੀਕੇ ਦੇ ਨਾਲ ਕੋਈ ਮੰਨਦਾ ਹੈ ਜਿਸ ਵੀ ਤਰੀਕੇ ਦੇ ਨਾਲ ਕੋਈ ਲਿਆਦਾ ਜਾ ਸਕਦਾ ਹੈ ਕਿਉਂਕਿ ਇਹ ਇੱਕ ਉਹਨਾਂ ਦਾ ਸਟਾਈਲ ਹੈ ਪੋਲਿਟਿਕਸ ਦਾ ਲੇਕਿਨ ਬਿੱਟੂ ਸਾਹਿਬ ਡਰ ਗਏ ਲਾਲਚ ਮਿਲੀ ਓਦੇ ਦੀ ਕੋਈ ਲਾਲਚ ਮਿਲੀ ਜਾਂ ਕੀ ਬਜਰਵਨੀ ਬਿੱਟੂ ਦਾ ਜਾਣਦਾ ਕਿਉਂਕਿ ਬਹੁਤ ਵੱਡਾ ਪਰਿਵਾਰ ਕਾਂਗਰਸ ਦਾ ਰਵਨੀ ਸਿੰਘ ਬਿੱਟੂ ਹੋਰਾਂ ਦਾ ਸਾਰਾ ਕੁਝ ਹੀ ਹੋਇਆ ਲਾਲਚ ਵੀ ਹੈ ਡਰ ਵੀ ਹੈ ਸਾਰਾ ਕੁਝ ਹੈ ਦੇਚ ਇਸ ਹਿਸਾਬ ਨਾਲ ਫਿਰ ਕਾਂਗਰਸ ਚ ਬਚੇਗਾ ਕੌਣ ਇੱਕ ਤੋਂ ਬਾਅਦ ਇੱਕ ਜਾ ਰਹੇ ਮੈਂ ਦੱਸਦਾ ਹਾਂ ਉਹੀ ਬਚੂਗਾ ਜਿਹੜਾ ਡਾਇਓਲੋਜੀਕਲੀ ਕਾਂਗਰਸੀ ਹੈ ਇਹ ਕਦੋਂ ਪਤਾ ਲੱਗੇਗਾ ਕਿ ਇਹ ਪੂਰੀ ਤਰ੍ਹਾਂ ਨਾਲ ਉਹ ਜਿਹੜਾ ਡਾਇਓਲੋਜੀਕਲੀ ਕਾਂਗਰਸੀ ਹੈ ਜਿੰਨੇ ਸੰਘਰਸ਼ ਦੇ ਵਿੱਚੋਂ ਰਾਜਨੀਤੀ ਨੂੰ ਅਪਣਾਇਆ ਆ ਔਰ ਜਿਨੇ ਜਿਨੇ ਐਥਿਕਸ ਦੀ ਰਾਜਨੀਤੀ ਕੀਤੀ ਐ ਬਿੱਟੂ ਹੁਣਾ ਵਾਂਗੂ ਜਿਨ੍ਹਾਂ ਨੂੰ ਥਾਲੀ ਚ ਪਰੋਸ ਕੇ ਜਿੰਨੂੰ ਕਿਸੇ ਵੇਲੇ ਬੋਲਣਾ ਵੀ ਨਹੀਂ ਸੀ ਆਉਂਦਾ ਤੇ ਯੂਥ ਕਾਂਗਰਸ ਦਾ ਪ੍ਰਧਾਨ ਬਨਾਤਾ ਲੱਤਾਂ ਕੰਬਦੀਆਂ ਸੀ ਅੰਮ੍ਰਿਤਸਰ ਜਦੋਂ ਇਹਦੀ ਪਹਿਲੀ ਸਪੀਚ ਸੀ ਰਾਹੁਲ ਗਾਂਧੀ ਦੇ ਸਾਹਮਣੇ ਤੇ ਫਿਰ ਮੁੜ ਕੇ ਐਮਪੀ ਬਨਾਤਾ ਤੇ ਫਿਰ ਮੁੜ ਕੇ ਉਸ ਐਮਪੀ ਜਗ੍ਹਾ ਤੋਂ ਹਾਰਨ ਲੱਗਾ ਤੇ ਉਹਨੂੰ ਆਨੰਦਪੁਰ ਤੋਂ ਬਦਲ ਕੇ ਲੁਧਿਆਣੀ ਭੇਜਤਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆ ਜਦੋਂ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਚੁੱਕੋਗੇ ਤਾਂ ਫਿਰ ਉਹ ਬੰਦੇ ਕਦੀ ਵੀ ਨਹੀਂ ਰਹਿਣਗੇ ਤੁਸੀਂ ਦੇਖੋ ਨਾ ਜਿਹੜਾ ਜਿਹੜਾ ਪਰਦਾ ਕਿਵੇਂ ਲੱਗੇਗਾ ਕਿਉਂਕਿ ਰਵਨੀਤ ਬਿੱਟੂ ਰਾਹੁਲ ਗਾਂਧੀ ਦੇ ਸੱਜੇ ਪਾਸੇ ਖੜੇ ਹੁੰਦੇ ਸੀ ਇਸ ਤੋਂ ਇਲਾਵਾ ਜਿਹੜੇ ਬਾਕੀ ਲੀਡਰ ਬੈਠੇ ਐ ਗਏ ਨੇ ਉਹ ਰਾਹੁਲ ਗਾਂਧੀ ਦੇ ਖੱਬੇ ਪਾਸੇ ਖੜੇ ਹੁੰਦੇ ਸੀ ਪਨੀਤ ਕੋਰ ਸੋਨੀਆ ਗਾਂਧੀ ਦੇ ਸੱਜੇ ਪਾਸੇ ਖੜੇ ਹੁੰਦੇ ਸੀ ਸੱਜੀ ਖੱਬੀ ਬਾਹੀਂ ਚਲੇਗੀ ਤਾਂ ਫਿਰ ਬਚਿਆ ਕੌਣ ਦੇਖੋ ਮੈਂ ਤੁਹਾਨੂੰ ਫੇਰ ਕਹਿਣਾ ਹੈ ਕਿ ਜਿਨ੍ਹਾਂ ਨੇ ਸੰਘਰਸ਼ ਦੇ ਤੇ ਆਡੀਓਲੋਜੀਕਲ ਔਰ ਜਿਨ੍ਹਾਂ ਦੀ ਸਕੂਲਿੰਗ ਨਹੀਂ ਹੋਈ ਹੈਗੀ ਰਾਜਨੀਤੀ ਦੇ ਵਿੱਚ ਉਹ ਫਿਰ ਉਹ ਵਿਅਕਤੀਆਂ ਤੋਂ ਤੁਸੀਂ ਆਸ ਨਹੀਂ ਕਰ ਸਕਦੇ ਮੈਂ ਜੀਪੀ ਦਾ ਦੱਸਦਾ ਆ ਪਹਿਲਾਂ ਬਿਆਨ ਸਿੰਘ ਪਰਿਵਾਰ ਦੇ ਨਾਲ ਛੋਟੇ ਹੁੰਦੇ ਤੋਂ ਮੌਜਾ ਮਾਣੀਆਂ ਕਾਂਗਰਸ ਚ ਕਾਂਗਰਸ ਤੋਂ ਪੀਪੀਪੀ ਚ ਪੀਪੀਪੀ ਤੋਂ ਕਾਲੀ ਦਲ ਚ ਕਾਲੀ ਦਲ ਤੋਂ ਕਾਂਗਰਸ ਚ ਫਿਰ ਆ ਕੇ ਐਮਐਲਏ ਬਣ ਕੇ ਐਮਐਲਏ ਬਣ ਤੋਂ ਬਾਅਦ ਹੁਣ ਪੰਜਵੀਂ ਥਾਂ ਦੇ ਉੱਤੇ ਆਮ ਆਦਮੀ ਪਾਰਟੀ ਇਹ ਇਦਾਂ ਦੀ ਜਿਹੜੀ ਲੋਕ ਹੈਗੇ ਆ ਚਾਹੀ ਬਿੱਟੂ ਜੀ ਨੇ ਕਿਉਂਕਿ ਬਿੱਟੂ ਜੀ ਨੂੰ ਸੰਘਰਸ਼ ਨਹੀਂ ਕਰਨਾ ਪਿਆ ਹੁਣ ਲੱਗਦਾ ਕਾਂਗਰਸ ਦੀ ਇੱਕ ਵੱਡੀ ਗਲਤੀ ਹੈ ਇਸ ਤਰੀਕੇ ਦੇ ਲੀਡਰਾਂ ਨੂੰ ਐਡੇ ਵੱਡੇ ਅਹੁਦੇ ਦੇਣਾ ਇਹ ਇੱਕ ਵੱਡੀ ਗਲਤੀ ਹੈ ਮੈਂ ਸਮਝਦਾ ਆ ਕਿ ਜਿਹੜਾ ਜੋ ਕਾਂਗਰਸ ਨੂੰ ਇਹ ਵਿਖਣਾ ਚਾਹੀਦਾ ਆ ਕਿ ਜਦੋਂ ਵੀ ਕਿਸੇ ਨੂੰ ਕੁਝ ਦੇਣਾ ਆ ਐਟ ਲੀਸਟ ਉਹਦੀ ਸਕੂਲਿੰਗ ਹੋਵੇ ਉਹਦੇ ਉਹਦੇ ਸੰਘਰਸ਼ਤਾ ਪਿਛੋਕੜ ਹੋਵੇ ਬਿਆਨ ਸਿੰਘ ਹੋਰਾਂ ਦਾ ਪਰਿਵਾਰ ਨੇ ਤਾਂ ਆਪਣੀ ਜਾਨ ਦੇ ਦਿੱਤੀ ਸਰਦਾਰ ਬਿਆਨ ਸਿੰਘ ਦਾ ਸੰਘਰਸ਼ ਜਿਹੜਾ ਹੈਗਾ ਆ ਉਹਡਾ ਸੰਘਰਸ਼ ਕੋਈ ਕਰ ਸਕਦਾ ਆ ਗੁੱਡਾ ਸੰਘਰਸ਼ ਤੇ ਓਡੀ ਵੱਡੀ ਗੱਲ ਜਾਂ ਓਡਾ ਵੱਡਾ ਪਰਿਵਾਰ ਦਾ ਜਿਹੜਾ ਦੇਣ ਆ ਕਾਂਗਰਸ ਨੂੰ ਕੋਈ ਦੇ ਸਕਦਾ ਆ ਪਰ ਪੋਤਾ ਜਿਹੜਾ ਹੈਗਾ ਆ ਦੀ ਉਹਨੇ ਮੌਜਾ ਮਾਣੀਆਂ ਹੈਗੀਆਂ ਨੇ ਕਿਉਂਕਿ ਛੋਟਾ ਸੀਗਾ ਤੇ ਮਿਨਿਸਟਰੀਆਂ ਮਿਲ ਗਈਆਂ ਮਿਨਿਸਟਰੀਆਂ ਮਿਲ ਗਈਆਂ ਉੱਥੋਂ ਮੌਜਾ ਮਾਣਦੇ ਇੱਧਰ ਨੂੰ ਆ ਗਏ ਤੇ ਸੰਘਰਸ਼ ਤੇ ਕਿਤੇ ਕੀਤਾ ਹੀ ਨਹੀਂ ਦੱਸੋ ਨਾ ਕਿਤੇ ਕਾਲਜ 'ਚ ਸੰਘਰਸ਼ ਕੀਤਾ ਯੂਨੀਵਰਸਿਟੀ 'ਚ ਕੀਤਾ ਕਿਤੇ ਬਲਾਕ 'ਚ ਕੀਤਾ ਕਿਤੇ ਜ਼ਿਲ੍ਹੇ 'ਚ ਕੀਤਾ ਉਹਨੂੰ ਤਾਂ ਸਿੱਧਾ ਉਸ ਵੇਲੇ ਵੇਖਿਆ ਜੀ ਆਓ ਜੀ ਇਹਨੂੰ ਯੂਥ ਕਾਂਗਰਸ ਸਾਡੇ ਵੀ ਲੀਡਰ ਨੇ ਚੁੱਕਿਆ ਜੀ ਇਹਨੂੰ ਯੂਥ ਕਾਂਗਰਸ ਦਾ ਪ੍ਰਧਾਨ ਬੀਜੇਪੀ ਦੇ ਤਾਂ ਸੋਰਸਿਸ ਵੀ ਜਾਣਕਾਰੀ ਦੇ ਰਹੇ ਆ ਤੁਹਾਡੇ ਅਜੇ 2-3 ਐਮਪੀ ਹੋਰ ਨੇ ਜਿਹੜੇ ਉਹਨਾਂ ਦੇ ਟੱਚ ਵਿੱਚ ਨੇ ਉਹ ਤੁਹਾਡੇ ਸੱਜੇ ਖੱਬੇ ਬੈਠੇ ਹੋਣਗੇ ਪਤਾ ਲੱਗਣਾ ਹੈ ਡਿਨਰ ਉਹਨਾਂ ਨੇ ਬਾਜ਼ਪਪਾ ਦੇ ਜਾ ਕੇ ਕਰ ਲਿਆ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਹਾਂ ਕਈ ਵਾਰੀ ਕੀ ਹੁੰਦਾ ਹੈਗਾ ਆ ਕਿ ਜਿਹੜਾ ਜਿਹੜੀ ਜਮੀਰ ਹੈ ਜਿਹੜੀ ਜਮੀਰ ਹੈ ਉਹ ਹਰ ਇੱਕ ਵਿਅਕਤੀ ਦੀ ਆਪਣੀ ਹੁੰਦੀ ਹੈ ਸ਼ਖਸੀਅਤ ਜਿਹੜੀ ਹੈਗੀ ਹੈ ਉਹ ਹਰ ਵਿਅਕਤੀ ਦੀ ਆਪਣੀ ਹੁੰਦੀ ਹੈ ਅੱਜ ਮੋਦੀ ਜੀ ਨੇ ਤੇ ਅਮਿਤ ਸ਼ਾਹ ਨੇ ਸਿਆਸਤ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਜਿਹੜੇ ਐਥਿਕਸ ਨਾਂ ਦੀ ਚੀਜ਼ ਹੀ ਨਹੀਂ ਰੱਖੀ ਇਲੈਕਟੋਰਲ ਬਾਉਂਡ ਕੀ ਨੇ ਚਨਾਵੀ ਚੰਦਾ ਕੀ ਹੈ ਇਹ ਲੇਕਿਨ ਮੇਰਾ ਸਵਾਲ ਹੈ ਕਿ ਹੋਰ ਵੀ ਤੁਹਾਡੇ ਬੰਦੇ ਜਾ ਸਕਦੇ ਮੈਂ ਆ ਤੁਹਾਡੇ ਸਾਹਮਣੇ ਹੀ ਜਾ ਰਹੇ ਨੇ ਹੋ ਸਕਦਾ ਕੋਈ ਹੋਰ ਵੀ ਚਲੇ ਜਾਵੇ ਪਤਾ ਕੌਣ ਕੌਣ ਜਾ ਰਿਹਾ ਦੇਖੋ ਇਹ ਇਹ ਤਾਂ ਇਹਦਾ ਪਤਾ ਸੀਗਾ ਇਹਦਾ ਤੇ ਤੁਹਾਨੂੰ ਵੀ ਨਹੀਂ ਪਤਾ ਲੱਗਾ ਤੁਹਾਡੀ ਇਨੀ ਇਨਫੋਰਮੇਸ਼ਨ ਹੁੰਦੀ ਐ ਨਹੀਂ ਤਾਂ ਤੁਸੀਂ ਖਬਰ ਨਹੀਂ ਦੇ ਨਹੀਂ 10-15 ਦਿਨਾਂ ਤੋਂ ਹਿੰਟ ਦੇ ਰਹੇ ਸੀ ਉਹ ਵੇਟ ਕਰ ਰਹੇ ਸੀ ਅਕਾਲੀ ਦਲ ਦੇ ਅਲਾਈਅንስ ਦੇਖੋ ਇੱਕ ਗੱਲ ਬੜੀ ਕਲੀਅਰ ਹੈਗੀ ਐ ਜਿਹੜਾ ਵੀ ਕੋਈ ਵਿਅਕਤੀ ਜਿਹੜਾ ਵੀ ਕੋਈ ਵਿਅਕਤੀ ਮਰੀ ਹੋਈ ਜ਼ਮੀਰ ਦਾ ਆ ਉਹਦੀ ਤੋਂ ਕੋਈ ਵਿਆਸ ਕੀਤੀ ਜਾ ਸਕਦੀ ਕਿਉਂਕਿ ਮੈਂ ਪਰਕਰ ਸਿੰਘ ਹੋਰਾਂ ਨੂੰ ਦੋ ਦਿਨ ਪਹਿਲਾਂ ਹੀ ਕਿਹਾ ਸੀ ਕਿ ਰਵਨੀਤ ਬਿੱਟੂ ਸ਼ਾਇਦ ਭਾਜਪਾ ਚਲੇ ਜਾਣ ਉਹਦੇ ਸਿਵਾ ਤੋਂ ਇਲਾਵਾ ਦੋ ਹੋਰ ਐਮਪੀ ਜਿਹੜੇ ਆ ਉਹ ਭਾਜਪਾ ਦੇ ਟੱਚ ਵਿੱਚ ਨੇ ਮੈਂ ਤੁਹਾਨੂੰ ਕਹਿ ਰਿਹਾ ਕਿ ਇਹਦੀ ਮਰੀ ਹੋਈ ਜ਼ਮੀਰ ਵਾਲਾ ਕੋਈ ਵੀ ਜਾ ਸਕਦਾ ਆ ਹੁਣ 13 ਕੈਂਡੀਡੇਟ ਕਿਵੇਂ ਮਿਲਣਗੇ ਔਰ ਕੀ 13 ਕੈਂਡੀਡੇਟ ਦੇ ਵਿੱਚੋਂ ਫਤੇਗੜ ਸਾਹਿਬ ਦੀ ਧਰਤੀ ਤੋਂ ਨਗਰਾਹੋਰੀ ਖੜੇ ਹੋਣਗੇ ਛੱਤੀ ਤਾਰੀ ਜ਼ਰੂਰ ਹੈ ਨਾ ਪ੍ਰਧਿਕਰ ਸਾਹਿਬ ਜਰੂਰ ਕੌਨਸਟਿਚੈਂਸੀ ਲੁਧਿਆਣਾ ਜਾ ਸਕਦੇ ਤੁਸੀਂ ਬਿੱਟੂ ਨੂੰ ਚੱਲਿੰਦੇ ਮੇਰੀ ਇੱਕ ਮੇਰੀ ਇੱਕ ਬੇਨਤੀ ਹੈ ਕਾਂਗਰਸ ਪਾਰਟੀ ਕੁਲਜੀਤ ਸਿੰਘ ਨਾਗਰਾ ਦਾ ਸਿਰ ਲੈਣਾ ਚਾਹੂਗੀ ਨਾ ਤੁਸੀਂ ਇੱਥੋਂ ਦੀ ਗੱਲ ਕਰਦੇ ਹੋ ਸਿਰ ਲੈਣਾ ਚਾਹੂਗੀ ਤੇ ਜਦੋਂ ਤਾਂ ਜਦੋਂ ਅਸੀਂ ਨਾ ਇੱਕ ਡਾਇਲੋਜੀ ਤੇ ਡਾਇਲੋਜੀ ਨਾਲ ਜੁੜੇ ਹਾਂ ਦੂਜੇ ਸੰਘਰਸ਼ ਚੋਂ ਨਿਕਲੇ ਹਾਂ ਤੇ ਸਾਡਾ ਸਿਰ ਵੀ ਲੈਣਾ ਚਾਹਣਗੇ ਨਾ ਤੇ ਅਸੀਂ ਉਹ ਵੀ ਦੇ ਦਾਂਗੇ ਇਹ ਤਾਂ ਚੀਜ਼ਾਂ ਹੀ ਬਹੁਤ ਛੋਟੀਆਂ ਨੇ ਪਰ ਹਮੇਸ਼ਾ ਹਮੇਸ਼ਾ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਚ ਨਾਲ ਜਦੋਂ ਔਖਾ ਸਮਾਂ ਹੁੰਦਾ ਨਾ ਉਦੋਂ ਚਾਹੇ ਦੋਸਤ ਦੇ ਨਾਲ ਖੜੇ ਹੋਈਏ ਤੇ ਚਾਹੇ ਸੰਗਠਨ ਦੇ ਨਾਲ ਖੜੇ ਹੋਈਏ ਹਮੇਸ਼ਾ ਨਾਲ ਖੜੇ ਹੋਣ ਦੇ ਉੱਤੇ ਆਪਣਾ ਜਿਆਦਾ ਜਿਹੜਾ ਹੈਗਾ ਹੈ ਵਿਸ਼ਵਾਸ ਰੱਖਿਆ ਕੈਮਰਾਮੈਨ ਜਿੰਦਰ ਦੇ ਨਾਲ ਪੰਕੇ ਕੇ ਪਾਈ ਨਿਊਜ਼ 18 ਚੰਡੀਗੜ੍ਹ ਬਾਈਟ ਹੋ ਰਹੀ ਵਿਖੇ ਕੋਣ ਹੈ ਖੜੇ ਹੋਈਏ ਹਮੇਸ਼ਾ ਨਾਲ ਖੜੇ ਹੋਣ